ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਤੁਹਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਤੇ ਅੱਜ ਅਸੀਂ ਚੱਲੇ ਹਾਂ ਰਮਨ ਉਹਨਾਂ ਨੂੰ ਲੈਣ ਦਿੱਲੀ। ਰਮਨ ਨੇ ਵੀ ਆਉਣਾ, ਹਿਹਾਨ ਨੇ ਵੀ ਆਉਣਾ, ਭਾਜੀ ਉਹਨਾਂ ਨੇ ਵੀ ਆਉਣਾ ਤੇ ਅਸੀਂ ਉਹਨਾਂ ਨੂੰ ਲੈਣ ਚੱਲੇ ਹਾਂ। ਭਾਜੀ ਰਮਨ ਸਾਰੇ ਜਾਣੇ ਆ ਗਏ ਕਿ ਬਾਹਰ ਏਅਰਪੋਰਟ ਤੋਂ ਤੇ ਸਾਨੂੰ ਅੱਧਾ ਘੰਟਾ ਖੜੇ ਰਹਿਣ ਤੇ ਮਤਲਬ ਟਾਈਮ ਲੱਗ ਹੀ ਗਿਆ ਬਾਹਰ ਆਉਣ ਤੇ ਉਹਨਾਂ ਨੂੰ। ਅਸੀਂ ਉਡੀਕਦੇ ਰਹੇ ਸੀਗੇ ਤੇ ਫਿਰ ਹਿਹਾਨ ਬੈਠਾ ਹੋਇਆ, ਦੇਖੋ ਟੈਚਿੰਗਾਂ ਦੇ ਉੱਪਰ ਹੀ ਬੈਠਾ ਹੋਇਆ ਸੀ। ਹਿਹਾਨ ਨੂੰ ਕਦੀ ਰੱਜੀ ਨੇ ਫੜ ਲਿਆ, ਕਦੀ ਮੈਂ, ਕਦੀ ਲਵਪ੍ਰੀਤ ਨੇ ਤੇ ਉਹਨੇ ਪਰ ਬੋਤਲ ਹੀ ਮੂੰਹ ਦੁੱਧ ਵਾਲੀ ਬੋਤਲ ਹੀ ਮੂੰਹ ਨੂੰ ਲਾਈ ਰੱਖੀ ਸੀਗੀ। ਹਿਹਾਨ ਨੂੰ ਥੋੜੀ ਪਤਾ ਸੀ ਇਹ ਕੌਣ ਆ, ਕਹਿੰਦਾ ਹੁਣ ਪਤਾ ਨਹੀਂ ਕੌਣ ਆਣ ਕੇ ਮੈਨੂੰ ਫੜੀ ਫਿਰਦੇ ਆ, ਪਰ ਨਾ ਇਹਦਾ ਸੁਭਾਅ ਹੀ ਇਦਾਂ ਦਾ ਵਾ ਜਿਹੜਾ ਮਰਜ਼ੀ ਇਹਨੂੰ ਫੜੇ ਤੇ ਇਹ ਆ ਜਾਂਦਾ ਉਹਦੇ ਕੋਲ। ਬੜਾ ਵੇਟ ਸੀ ਤੇਰਾ, ਤੁਹਾਨੂੰ ਪਤਾ ਬੀਬੀ ਦਾ ਵੱਧਾ ਸੀ ਮਤਲਬ, ਬਾਕੀ ਜਿਹੜਾ ਸੀ ਉਹ ਹੈਲਦੀ ਫੈਮਿਲੀ ਤੇ। ਮੈਂ ਕਿਹਾ ਚਲੋ ਇਹਦੇ ਕੋਲ ਥੋੜਾ ਤੁਹਾਨੂੰ ਵੀ ਵਿਖਾ ਦਾਂ। ਵੈਲਕਮ ਬੈਕ ਟੂ ਨਿਊ ਵਲੌਗ। ਸਵੇਰੇ ਸਵੇਰੇ ਉੱਠੇ ਆ ਤੇ ਇੱਧਰ ਕਾਰਟੂਨ ਵੇਖਦਾ ਪਿਆ ਹਿਹਾਨ। ਇੱਧਰ ਵੇਖੀ ਹਿਹਾਨ, ਇੱਥੇ ਮੈਂ ਜਿੰਮ ਲਾ ਕੇ ਆਇਆ ਸੀਗਾ, ਹੁਣ ਅੱਜ ਥੋੜੇ ਲੇਟ ਗਏ ਤੇ ਇੱਥੇ ਦੇਖੋ ਹੁਣ ਹਿਹਾਨ ਇਹ ਤਾਂ ਬਸ ਨਾ ਬਿੱਲੀ ਨੂੰ ਮਿਆਉਂ ਮਿਆਉਂ ਕਰਦਾ ਪਿਆ। ਦੇਖੋ ਇੱਧਰ ਕਿੱਥੇ ਆ ਮਿਆਉਂ ਮਿਆਉਂ ਤਾਂ ਬੈਠੀ ਉੱਪਰ ਸ਼ੈੱਡ ਦੇ। ਆ ਵੇ ਮਾਊਂ ਹਲਾ ਹਿਹਾਨ ਲੈ ਲਾ ਓਏ ਓਏ ਕਿੱਧਰ ਚੱਕੀ ਤੁਰਿਆ ਫਿਰਦਾ ਮੰਗੇ ਲਈ ਜਾਂਦਾ ਲਈ ਇਹ ਕੀ ਆ ਉਹ ਵੇ ਉਹ ਕੀ ਲੈਣੇ ਉਹ ਹਾਂ ਬਸ ਬਸ ਨਹੀਂ ਰਹਿ ਸਕਦਾ ਇਹ ਜੇ ਪਤਾ ਨਾ ਲੱਗੇ। ਚਲੋ ਗਾਇਸ ਅਸੀਂ ਨਾ ਹਿਹਾਨ ਨੂੰ ਆਹ ਲੈ ਕੇ ਦਿੱਤਾ ਇੱਕ ਇਹਨੇ ਵਾਹ ਗੁੱਡਾ ਲਿਆ ਬਹੁਤ ਸੋਹਣਾ ਹਿਹਾਨ ਖੁਸ਼ ਖੁਸ਼ ਹੀ ਆ ਚਲੋ ਤੁਰੋ ਬਈ ਆ ਖਾ ਲਿਆ ਰਾਸ਼ਨ ਆਪਾਂ ਚਲੋ ਚੱਲੀਏ। ਲਓ ਜੀ ਅੱਜ ਫਿਰ ਮਹਾਰਾਜ ਬਹਿ ਗਿਆ ਮੋਬਾਈਲ ਲੈ ਕੇ ਮੈਨੂੰ ਦੇਖੋ ਲਾ ਤੇ ਕਾਰਟੂਨ। ਚਲੋ ਗਾਇਸ ਲੜੀਆਂ ਲਾਈ ਆਉਂਦਾ ਦੇਖੋ ਹਿਹਾਨ ਸਵੇਰੇ ਸਵੇਰੇ ਉੱਠ ਕੇ ਤੇ ਆ ਗਈ ਇੰਨੇ ਦਿਨ ਹੋ ਗਏ ਕਹਿੰਦਾ ਹੋਣਾ ਲਾਓ ਪਰ ਇਹਨਾਂ ਨੂੰ ਗਾਵਾਂ ਨਾਲ ਪੰਗੇ ਲੈਣਾ ਹੋਣਾ ਵੇ ਵੇਂਦੀ ਪਈ ਉਹ ਤੈਨੂੰ ਹੈਂ ਵੇਖ ਲੈ ਖੁਸ਼ ਵੇਖੀ ਹੁੰਦਾ ਪਹਿਲੀ ਵਾਰੀ ਗਾਂ ਵੇਖੀ ਨਾ ਇਹਨੇ ਅੰਦਰ ਖਾਂਦਾ ਵੀ ਨੀ ਗਾਂ ਵੇਖਣੀ ਬਸ ਰਾਜੀ ਨੇ ਗਾਂ ਨੀ ਵੇਖੀ ਹੋਣੀ ਕਦੀ ਹਨਾ ਇਹ ਕਹਿੰਦਾ ਹੋਣਾ ਇਹ ਕੀ ਜਨਮਰ ਜੀ ਸਵੇਰੇ ਸਵੇਰੇ ਗਾਇਸ ਇਹਨੇ ਨਾ ਕਾਰਟੂਨ ਵੇਖਣੇ ਹੁੰਦੇ ਆ ਬਸ ਇਹਨੂੰ ਸਮਝਾਓ ਮੈਂ ਬੱਚੇ ਨੂੰ ਕੰਨ ਖਾ ਗਿਆ ਰੋਸਕੋ ਆ ਤੇ ਬਿੱਲੀ ਨੂੰ ਨੀ ਆਉਣ ਦਿੰਦਾ ਓਏ ਇਹ ਓ
ਦੇਖੋ ਇਹਨੇ ਕਿੱਥੋਂ ਛਾਲ ਮਾਰੀ। ਇਸ ਬੀਬੀ ਨੂੰ ਝਾੜੂ ਫੜਾਈ ਜਾਂਦਾ ਦੇਖੋ। ਆ ਲਿਆਓ ਬੀਬੀ ਨੇ ਸਵਾਰਤਾ ਥਾਂ। ਬੀਬੀ ਮਾਊ ਇੱਕ ਨੀ ਮਾਊ ਮਾਊ ਬਿੱਲਾਂ ਆਈਆਂ ਹੁਣ ਹਿਆਨ ਲਓ ਪੰਗੇ ਇਹਨਾਂ ਨਾਲ ਹੈ। ਉਹਨੇ ਆਪੇ ਹੀ ਫੜ ਲਈ ਵੇਖੀ ਰਮਨ ਇਹਨੇ ਇਹਦੇ ਕੋਲ ਆਪੇ ਬਿੱਲੀ ਆ ਗਈ। ਇੱਧਰ ਤੇ ਵੇਖੋ ਰਮਨ ਇਹਦੇ ਕੋਲ ਆਪੇ ਹੀ ਇਹਨੇ ਫੜ ਲਈ। ਹਾਂ ਆਪੇ ਹੀ ਫੜ ਲਈ ਇਹਨੇ। ਪੱਟ ਦੇ ਪੈਮ ਪੱਟਣਾ ਵਾ ਮਿੱਲੀ ਭਜਾਤੀ ਤੇਜ ਬਹੁਤ ਆ। ਕਿੱਥੋਂ ਲਿਆ ਇਹਨੇ ਨਵਾਂ? ਮੈਨੂੰ ਲੱਗਦਾ ਵਿਸ਼ਾਲ ਚੋਂ ਲਿਆ। ਤੂੰ ਇਹਦੇ ਕੋਲ ਚਲ ਗਿਆ ਹੁਣ ਉਧਰ ਜਾਣਾ ਵਾ। ਕਦੀ ਕੋਈ ਤੇ ਕਦੀ ਕੋਈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਨਿਊ ਵਲੌਗ। ਚੱਲ ਫੇਰ 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 ਨਹੀਂ ਹੁਣ ਉਹਨੂੰ ਸਾਹ ਲੈ ਚੱਲ ਕਹਿੰਦਾ ਬਸ ਉਹ ਨਹੀਂ ਜਾਣਾ ਬਾਹਰ। ਇਹ ਪੱਖੇ ਚਲਾਈ ਜਾਂਦਾ ਠੰਡ ਚ ਮਰਨਾ। ਪੱਖੇ ਚਲਾ ਕੇ ਵੇਖ ਉਧਰ ਪੁੱਠੇ ਕੰਮ ਕਰੀ। ਪੱਖਾ ਕਿਉਂ ਚਲਾਇਆ ਮੈਨੂੰ ਇਹ ਦੱਸ। ਕਰ ਦੇ ਬੰਦ। ਨਹੀਂ ਨਹੀਂ ਬੰਦ ਕਰ ਬੰਦ ਕਰ ਕਰਦੇ ਕਰਦੇ ਬੰਦ। ਲੈ ਇਹ ਬਲਬ ਵੀ ਬੁਝਾਤਾ ਹੁਣ। ਸਾਰਾ ਕੁਝ ਡਾਤਾ ਤੂੰ। ਪੱਖਾ ਪੱਖਾ ਬੰਦ ਕਰ। ਲੈ ਉਹਨੇ ਸਾਰੇ ਚਲਾ ਤੇ। ਆ ਲੈ ਹਾਂ ਕਲੈਪਿੰਗ ਕਰੋ। ਫਿਰ ਚਲਾਤਾ। ਠੰਡ ਹੋ ਗਈ ਆ ਠੰਡਾ ਵਾ ਪੱਖਾ ਨਹੀਂ ਚਲਾਉਣਾ। ਕੁੱਤਾ ਤਾਂ ਤੋੜਤਾ ਹੀ ਕੀ ਵਾਓ। ਆਹ ਦੇਖ ਲੋ ਗੈਸ ਸ਼ਹਿਰੋਂ ਲੈ ਕੇ ਦਿੱਤਾ ਤੇ ਇਹਨੇ ਫੜ ਕੇ ਕੰਨ ਮਰੋੜ ਕੇ ਤੋੜਤਾ। ਤੋੜਤਾ ਕੰਨ ਤਾਂ ਤੂੰ। ਲੈ ਹਿਆਨ ਦਾ ਜੂੜਾ ਹੋਣ ਲੱਗਾ ਅੱਜ। ਇੰਨਾ ਲੰਮਾ ਪਰਾਂਦਾ ਪਾਉਣਾ ਵਾ ਆਪ ਹੀ ਨੀ ਦਿਸਦਾ ਵਾਲਾਂ ਚ ਲੁਕਿਆ ਫਿਰਦਾ। ਏਦਾਂ ਹੀ ਮੋਹਦਾ ਵਾਲ ਹੈ ਮਹਾਂ ਧੱਕੇ ਨਹੀਂ। ਬਿੱਲੀ ਵੀ ਆ ਗਈ ਬਈ। ਬਿੱਲੀ ਦਿਸ ਜਾਂਦੀ ਬਿੱਲੀ ਵੱਲ ਭੱਜ ਜਾਂਦਾ ਵਾ। ਕੁਛ ਵੀ ਦਿਸ ਜੇ ਬਾ ਉਧਰ ਦੌੜ ਜਾਂਦਾ। ਇਹਦਾ ਵਾਲ ਨੀ ਮੋਹਦਾ ਇਹ ਹੈ। ਜੂੜੀ ਕਰ ਲਈ ਕਰਾਉਣਾ ਨਹੀਂ ਤੂੰ ਜਿਸ ਕਰਨ ਦਾ
ਚਲੋ ਐਸੇ ਹਾਲ ਬਣ ਗਿਆ ਸਰਦਾਰ ਅੱਜ ਦੇਖੋ ਜੂੜੇ ਤੇ ਜੂੜਾ ਇਹਦਾ ਲੈ ਕੇ ਆਇਆ ਸੀ ਮੈਂ ਮੱਲਾਂ ਵਾਲੇ ਚਲ ਗਏ ਮੈਂ ਮੱਲਾਂ ਵਾਲੇ ਲੈ ਜਿਹਦੇ ਆਪਾਂ ਝਗੜਾ ਕੀਤਾ ਵਾ ਰੱਜੀ ਤੂੰ ਕੀਤਾ ਹਾਂ ਬੱਜਰੀ ਚੱਕ ਚੱਕ ਡੈਡੀ ਪਾਈ ਜਾਂਦਾ ਉਹਨਾਂ ਨੂੰ ਕਹਿੰਦਾ ਖਾਓ ਪਰਤਾ ਉਹਨੇ ਚਲੋ ਜੀ ਡੋਲਤਾ ਬੱਜਰੀ ਪਾਈ ਜਾਂਦਾ ਉਹ ਵੀ ਕੋਲ ਆ ਪਹਿਲੀ ਵਾਰੀ ਜੂੜਾ ਕਰਾਇਆ ਵੀ ਖੋਲ ਦੇ ਓ ਨਾ 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 ਸ਼ੀਸ਼ੇ ਵਿੱਚ ਵੇਖ ਕੇ ਮਾਰੀ ਜਾਂਦਾ ਆਪਦੇ ਆ ਤੇ ਚਲੋ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਹੋਣਾ ਵਾ ਅੱਜ ਅਸੀਂ ਚੱਲਿਆ ਪਾਰਟੀ ਤੇ ਬਿੱਲੀਆਂ ਵੀ ਆਈਆਂ ਹੋਈਆਂ ਮੈਂ ਤੁਹਾਨੂੰ ਕਦੇ ਵਿਖਾਈਆਂ ਨਹੀਂ ਹਜੇ ਵੀ ਇਹ ਵਾਧੂ ਹਿਆਨ ਨਾਲ ਖੇਡਦੀਆਂ ਰਹਿੰਦੀਆਂ ਨਾ ਇਹ ਰੁੱਸ ਗਿਆ ਬਈ ਤੇ ਬੈਂਡ ਥੱਲੇ ਵੜ ਗਿਆ ਕੀ ਹੋ ਗਿਆ ਇਹ ਚਲੋ ਇੱਦਾਂ ਵਾ ਇਹ ਰੁੱਸ ਜਾਂਦਾ ਵਿੱਚੋਂ ਵਿੱਚੋਂ ਅੱਜ ਫਿਰ ਇਹਦੇ ਰਮਨ ਨੇ ਜੂੜਾ ਕੀਤਾ ਰੱਜੀ ਨੇ ਕੀਤਾ ਹੋਣਾ ਸ਼ਾਇਦ ਪਾਰਟੀ ਵੇਖ ਕੇ ਲੋ ਬਈ ਟਿੱਕੀ ਟੁੱਕੀ ਸਭ ਕੁਝ ਖਾ ਲਿਆ ਆਪਾਂ ਹੁਣ ਆਪਾਂ ਅੰਦਰ ਚੱਲਦੇ ਆ ਟਿੱਕੀ ਟੁੱਕੀ ਸ਼ੂਟਿੰਗ ਵੇਖਣ ਹਨਾ ਹਾਂ ਬਹੁਤ ਸੋਹਣਾ ਕਾਦੀ ਸ਼ੂਟਿੰਗ ਆ ਭਲਾ ਪ੍ਰੀ ਵੈਡਿੰਗ ਦੀ ਚਲੋ ਚਲੋ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਤੇ ਇਧਰ ਇਹ ਪੰਗੇ ਲੈਣ ਡਿਆ ਵੇਖ ਲਓ ਇਹਨੂੰ ਬਿੱਲੀ ਦੀ ਆਵਾਜ਼ ਆਈ ਭੱਜ ਕੇ ਆਇਆ ਬੂਹਾ ਖੋਲਿਆ ਇਹਨੇ ਮੈਂ ਕਿੱਧਰ ਜਾਣਾ ਕਿੱਧਰ ਬਹਿ ਜਾਣਾ ਚੱਲ ਇਹ ਆ ਲੈ ਬਹਿ ਗਿਆ ਮੈਨੂੰ ਭਾਇਆ ਵਾ ਕੁਰਸੀ ਤੇ ਇਹਨੇ ਲੈ ਫੜਾ ਤਾ ਫੁੱਟਬਾਲ ਕੀ ਕਰਨਾ ਹੁਣ ਲੈ ਆ ਗਈ ਬਿੱਲੀ ਵੀ ਓ ਵੇ ਉੱਤਰ ਆਈ ਮੀਊ ਵੀ ਆ ਗਈ ਭਰਾਵਾ ਦੁੱਧ ਨਾ ਡੋਲਦੀ ਓ ਬਿੱਲੀਆਂ ਬੈਠੀਆਂ ਇੱਕ ਬੈਠੀ ਹੋਈ ਛਤਰੀ ਤੇ ਹੈ ਓ ਵਾਸੀਆਂ ਲੈਣ ਡਈ ਤੇ ਇੱਕ ਇੱਧਰ ਤੁਰੀ ਫਿਰਦੀ ਖੁਸ਼ ਬੜਾ ਹੁੰਦਾ ਬਿੱਲੀਆਂ ਨੂੰ ਵੇਖ ਕੇ ਤੇ ਬਾਹਲਾ ਹੀ ਖੁਸ਼ ਹੁੰਦਾ ਓਏ 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 ਇੰਨਾ ਖੇਡਦਾ ਨਾ ਇਹ ਉਹ ਉਹਨਾਂ ਨੂੰ ਡਰਾ ਕੇ ਭਜਾ ਦਿੰਦਾ ਵਾ ਤੇ ਉਹਨਾਂ ਦੇ ਮਗਰ ਮਗਰ ਭੱਜਦਾ ਤੋ ਵੇ ਇਹਦੇ ਤੋਂ ਡਰ ਕੇ ਉਹ ਛੱਤ ਤੇ ਚੜ ਗਈ ਤੇ ਕਹਿ ਥੱਲੇ ਵੜ ਗਈ ਆ ਪੰਗੇ ਕੋਈ ਲੈਂਦਾ ਵੇਖੋ ਬਿੱਲੀਆਂ ਨਾ ਓਏ ਉਹ ਉਹ ਫਾੜੀ ਲਈ ਉਈ ਉਹ ਇੰਨੇ ਪੰਗੇ ਨਹੀਂ ਇਹਨੂੰ ਗਾਇਸ ਕੀ ਕਰਗੇ ਖੁੱਲਾ ਛੱਡੋ ਓ ਲੈ ਹਾਂ ਉਹ 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 ਪੂਛ ਫੜ ਲਈ ਮੰਮੀ ਹੱਥ ਧਵਾ ਦੀ ਇਹਦੇ ਚੰਗਾ ਬਾਅਦ ਚ ਉਹ ਵੇਖ ਲੈ ਉਹ ਗਈ ਗਈ ਲੈ ਇਹ ਇਹ ਕੀ ਉਹ ਆ ਜਾ ਇੱਧਰ ਹੁਣ ਵੱਟੇ ਪਾ ਦੇਣੇ ਇਹਨੇ ਵੀ ਖਾਣਗੀਆਂ ਉਹ ਵੱਟੇ ਨਹੀਂ ਖਾਂਦੀਆਂ ਇੱਧਰ ਆ ਉਹ ਵੱਟੇ ਨਹੀਂ ਖਾਂਦੀਆਂ ਓਏ ਹਿਆਨ ਛੱਡ ਦੇ ਇਹ ਕੰਮ ਪੁੱਠੇ ਚੱਲ ਚੱਲ ਦੇ ਰੱਖ ਦੇ ਛੱਡ ਦੇ ਛੱਡ ਦੇ ਛੱਡ ਦੇ ਵੱਟੇ ਪਾ ਤੇ ਉਹਨਾਂ ਨੂੰ ਓਹ ਚੱਲ ਹੱਥ ਧੋਈਏ ਹੁਣ ਚੱਲ
ਚੱਲ ਹੱਥ ਧੋਈਏ ਉਹ ਵੀ ਤੇਰੇ ਅਰਗੀਆਂ ਤੂੰ ਵੀ ਉਹਨਾਂ ਅਰਗਾ ਲੈ ਉਹ ਵੀ ਬਹਿ ਗਈ ਰਮਾਨ ਨਾ ਓਏ ਚੱਲ ਹੱਥ ਧੋਈਏ ਚੱਲ ਚੱਲ ਹੁਣ ਓਹੋ ਹੁਣੇ ਤੇਰੇ ਹੱਥ ਧਵਾਏ ਹੁਣੇ ਉਹਨੂੰ ਭੱਜਾ ਜਾਂਦਾ ਲੈ ਫੇਰ ਉਹ ਆ ਜਾ ਹਾਂ ਹਾਂ ਧੋਲਾ ਧੋਲਾ ਹੋਰ ਨੀ ਫੜਨੀ ਜੇ ਇਹਨੂੰ ਅੰਦਰ ਵਾੜੀਏ ਤੇ ਬੂਹਾ ਖੋਲ ਕੇ ਆਪੇ ਆ ਜਾਂਦਾ ਬਾਹਰ ਬਹਿ ਬਹਿ ਬਿੱਲੀਆਂ ਨੂੰ ਨੀ ਬੁਲਾਉਣਾ ਬਹਿ ਕੇ ਦੇਖੋ ਬਿੱਲੀਆਂ ਨੂੰ ਬੁਲਾਉਣ ਡਿਆ ਹੁਣ ਨਹੀਂ 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 ਬਹਿ ਜਾ ਦੁੱਧ ਪੀ ਲਾ ਇਹਨੂੰ ਵੇਖੋ ਦੁੱਧ ਦਿੱਤਾ ਵਾ ਤਾਂ ਉਹ ਲੈ ਲਓ ਹੁਣ ਬਿੱਲੀਆਂ ਵੱਲ ਫਿਰ ਧਿਆਨ ਉਹ ਆ ਗਈ ਆ ਓਏ 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 ਲੈ ਇੱਧਰ ਇਹਨੇ ਥੱਲੇ ਲਾ ਕੇ ਹੀ ਆਉਣਾ ਉਹਨੂੰ ਲੈ ਲਾ ਕੇ ਆ ਜਾ ਇੱਧਰ ਉਹ ਬਾਂਦਰ ਦੇਣ ਡਿਆ ਉਹਨੂੰ ਵੀ ਖੇਡ ਲੂਗੀ ਆ ਜਾ ਉਹਨੇ ਨੀ ਤੇਰੇ ਨਾਲ ਖੇਡਣਾ ਉਹ ਟਿਕ ਜਾ ਟਿਕ ਜਾ ਟਿਕ ਜਾ ਲੈ ਦੇਖੋ ਕੋਈ ਹਾਂ ਲਾ ਲੈ ਓਏ ਓਏ ਨਹੀਂ ਪੰਗੇ ਲੈਣੇ ਇੱਧਰ ਸਿੱਟ ਇੱਧਰ ਸਿੱਟ ਇੱਧਰ ਸਿੱਟ ਹੀ ਲਿਆ ਲਿਆ ਹਾਂ ਏਦਾਂ ਸਿੱਟ ਜ਼ੋਰ ਨਾ ਸਿਆਣਾ ਬਣ ਗਿਆ ਹੁਣ ਫੇਰ ਫੜ ਲਈ ਬਿੱਲੀ ਲੈ ਹੋ ਫੇਰ ਹੱਥ ਧੋਣੇ ਪੈਣੇ ਡੈਡੀ ਡੈਡੀ ਇਹਨੇ ਫੇਰ ਨੀ ਛੱਡਣਾ ਤੰਗ ਓ ਲੈ ਆ ਜਾ ਦੰਦੀ ਅੱਡੂ ਮੰਮੀ ਲਿਆ ਪਾਣੀ ਹੁਣ ਉਹ ਕੰਨ ਪੜਤਾ ਕੰਨ ਪੱਟੀ ਜਾਂਦਾ ਉਹਨਾਂ ਦੇ ਮੰਮੀ ਹੱਥ ਧਵਾ ਦੇ ਹੁਣ ਇਹਦੇ ਉਹਦੇ ਕੰਨ ਪੜਤੇ ਇਹਨੇ ਬਿੱਲੀਆਂ ਦੇ ਉਹ ਦੋਵੇਂ ਉੱਥੇ ਵੇਹਲੀਆਂ ਪਈਆਂ ਇਹਨੂੰ 14 ਗੇਮ ਪੁਆਇੰਟ ਇਹ ਹੈ ਅਨੂ ਜਰਾਬ ਦੇ ਨਹੀਂ ਵੇਖਿਓ ਕੀ ਕਹਿੰਦਾ ਕਿਉਂ ਮੰਨਦੀ ਫਿਰ ਕਿਉਂ ਘਰੇ ਗੋਰਾ ਤਾੜੀਆਂ ਮਾਰਦਾ ਹਲੇ ਕਿੱਧਰ ਲੈ ਕੇ ਚੱਲਿਆ ਕੀ ਕਹਿੰਦਾ ਵਾ ਇੱਥੇ ਕਹਿੰਦਾ ਨਾ ਕਾਊਂਟਰ ਤੇ ਵਾਹਵਾ ਚੀਜ਼ਾਂ ਪਈਆਂ ਵਾ ਇਹਦੇ ਨਾਲ ਖੇਡੋ ਜੋਂਬੀ ਗੇਮ ਆ ਉਹ ਕਹਿੰਦੇ ਜੋਂਬੀ ਆਇਆ ਵਾ ਅਬੇ ਇਹਦੇ ਨਾਲ ਖੇਡ ਯਾਰ ਤਾਂ ਚੱਕ ਨਾ ਚੰਗੀ ਤਰ੍ਹਾਂ ਬਾਹਰ ਲੈ ਜਾ ਹਲਕਾ ਬਹੁਤ ਆ ਕਹਿੰਦੇ ਇਹ ਤਾਂ ਲਓ ਬਈ ਹੁਣ ਅਸੀਂ ਚੱਲੇ ਹਾਂ ਬਈ ਬਾਰਡਰ ਤੇ ਰਮਨ ਹੁਣੀ ਸਾਰੇ ਜਾਣੇ ਘੁੰਮਣ ਚੱਲੇ ਹਾਂ ਆਪਾਂ ਅੱਗੇ ਵੀ ਵਾਢੂ ਵਾਰੀ ਬਾਰਡਰ ਤੇ ਗਏ ਹੁਸੈਨੀ ਵਾਲਾ ਬਾਰਡਰ ਇੱਧਰ ਦੇਖ ਲਓ 4:30 ਹੋ ਗਿਆ ਤੇ ਸੁੱਤਾ ਪਿਆ ਵੈਸੇ ਤੇ ਰਹਿੰਦਾ ਸਾਰੀ ਦਿਹਾੜੀ ਐਨਰਜੀ ਚ ਹੀ ਆ ਛੋਟਾ ਜਿਹਾ ਹਨਾ
ਮੈਂ ਨਿੱਕਾ ਜਿਹਾ ਤੇ ਬਣਾਉਣਾ ਵਾ ਹਾਂ ਛੋਟਾ ਰੰਗ ਵਿਹਲਾ ਹੋ ਗਿਆ ਭਾਵੇਂ ਸਾਰੇ ਲੈ ਲਓ ਹੁਣ ਇਹ ਇੰਡੀਆ ਦਾ ਬੰਦਾ ਹੋ ਗਿਆ ਹੁਣ ਅਸੀਂ ਚੱਲੇ ਆ ਵਾਪਸ ਘਰੇ ਮਜ਼ਾ ਬਹੁਤ ਆਇਆ ਇੱਥੇ ਲਾਲੀਆਂ ਦੇ ਮਗਰ ਲੱਗਣਾ ਜ਼ਰੂਰੀ ਆ ਚੱਲ ਬੜਾ ਝੂਟਾ ਲੈਣਾ ਬਈ ਤੋਤੇ ਨਾਲ ਖੇਡਦਾ ਮੈਂ ਤੋਤੇ ਨਾਲ ਇਹਨੇ ਰਾਹ ਚ ਤੋਤਾ ਖਰੀਦਿਆ ਦੇਖੋ ਇੱਧਰ ਪੈਰਟ ਤੋਤਾ ਐਵੇਂ ਏਦਾਂ ਬੋਲਦਾ ਬਈ ਚਾਲੂ ਕਰਕੇ ਦਿੰਦਾ ਵਾ ਬਾਂਦਰ ਤੇ ਹਯਾਨ ਫੁੱਲ ਖੁਸ਼ ਹੁੰਦਾ ਪਿਆ ਠੀਕ ਆ ਇੱਕੋ ਆਪਦੀ ਖੇਡ ਚੱਲ ਪਈ ਹੈ ਉਹਦੇ ਮੂੰਹ ਚ ਛਣਕਣਾ ਤੁੰਨੀ ਜਾਂਦਾ ਲੈ ਵੇਖ ਲਓ ਲਓ ਜੀ ਸਿਰਾ ਹੀ ਲਾਉਂਦਾ ਪੂਰਾ ਕਹਿੰਦਾ ਗਾਹ ਨੀ ਬਸ ਖਾਂਦਾ ਨੀ ਪਿਆ ਸੋਚਦਾ ਵਾ ਵੀ ਅਸਲੀ ਆ ਕੰਮ ਇਹਨੂੰ ਕੀ ਪਤਾ ਵੀ ਇਹ ਨਕਲੀ ਬਾਂਦਰ ਵਾ ਦੇ ਦੇ ਮੇਰੀ ਉਂਗਲੀ ਤੁੰਨ ਵਿੱਚ ਇਹ ਲੋ ਬਈ ਬਾਂਦਰ ਨੂੰ ਬੁਰਛ ਵੀ ਕਰਾਉਂਦਾ ਉਹਨੂੰ ਮੈਂ ਆਪਦਾ ਬੁਰਛ ਲੈ ਲਿਆ ਮੁਨ ਤੁੰਨੀ ਆਉਂਦਾ ਉਹਦੇ ਮੂੰਹ ਚ ਵੇਖ ਲੋ ਕੰਮ ਸਾਰੇ ਹੀ ਕਰਨੇ ਆ ਕੋਈ ਨੀ ਛੱਡਣਾ ਉਹ ਸੈੱਲ ਗਿਆ ਯਾਰ ਪਤਾ ਲੱਗ ਗਿਆ ਵੀ ਸੈੱਲ ਨਿਕਲੇ ਯਾਰ ਸਿੱਲਾਂ ਦਾ ਕੁਛ ਕਰੀਏ ਉਹ ਕਹਿੰਦਾ ਕਿੱਧਰ ਗਈ ਉਹ ਇੱਥੇ ਆ ਉਹ ਵੇਖੋ ਕੋਠੇ ਤੇ ਚੜ੍ਹ ਚੱਲੇ ਆਵਾਜ਼ ਉਹਨੂੰ ਲੱਗਾ ਉੱਤੋਂ ਉਹਦੀ ਆਉਂਦੀ ਇੱਥੋਂ ਪਈ ਹੈ ਲੱਗਾ ਹੈਲਪ ਕਰਾਉਂਦਾ ਪਿਆ ਆਪਾਂ ਕਿੰਨੇ ਕੱਢਨੇ ਆ 12 ਕਿਲੋ ਕੱਢਨੇ ਆ ਤੂੰ ਕੀ ਕਰਦਾ ਮਟਰ ਕੱਢਦਾ ਪਿਆ ਮਟਰ ਦੇਖੋ ਗਾਇਸ ਇਹਨੇ ਖੁਦ ਇੰਨੇ ਕੱਟੇ ਇਕੱਲੇ ਨੇ ਮੈਂ ਵੀ ਨਾਲ ਹੀ ਆ ਕਿਵੇਂ ਕੱਢਦਾ ਹੈ ਤੂੰ ਬੜਾ ਦੱਸੀ ਉਹ ਵੀ ਮੂੰਹ ਨਾਲ ਛਿਲ ਕੇ ਵਾਹ ਖੁਸ਼ ਹੁੰਦਾ ਈ ਚਲੋ ਚਲੋ ਹੋ ਗਿਆ ਤੇ ਬਾਕੀ
ਹਿਆਣ ਵੇਖੋ ਏਦਾਂ ਸੌਂਦਾ ਦੁੱਧ ਦੁੱਧ ਪੀ ਕੇ ਇਹਨੂੰ ਵੇਖੋ ਵੀ ਕਹਿੰਦਾ ਹੋਣਾ ਹੁਣ ਮੇਰੇ ਸੌਣ ਦਾ ਟਾਈਮ ਆ। ਜਗਦੀ ਆ ਭਰਾ ਵੇਖੋ ਇੱਧਰ ਉਹ ਹੁਣ ਖੁਸ਼ ਹੋਇਆ ਜੀ। ਹਾਂ ਬਾਈ ਚੋਰ ਗਿਆ ਬਾਏ ਬਾਏ ਕਹਿ ਬਾਏ ਬਾਏ ਬਾਏ। ਹਾਏ ਗਾਇਸ ਵੈਲਕਮ ਬੈਕ ਟੂ ਮਾਈ ਵਲੌਗ। ਇੱਧਰ ਹਿਆਣ ਲੱਗਾ ਆ ਕਾਲ ਤੋਂ ਵੇਖਣ ਹਟ ਜਾਂਦਾ ਵਾ ਮੋਬਾਈਲ ਸੇਡ ਦਿੰਦਾ ਵਾ ਕਦੀ। ਆਹ ਦੇਖ ਲਓ ਇਹਨੇ ਬਾਂਦਰ ਦਾ ਕੀ ਕੀਤਾ ਉਹ ਸੈਲ ਕਿੱਲਰ ਗਏ ਇਹਦੇ ਚੱਕ ਕੇ ਮਾਰਦਾ ਥੱਲੇ ਨਿਕਲ ਗਏ। ਇਹਦਾ ਟਾਪਾ ਵੀ ਤੋੜਤਾ ਇਹਨੇ ਇਹਦੇ ਮੂੰਹ ਚ ਤਾ ਵੀ ਲਿਪਸਟਿਕ ਇਹਦੇ ਮੂੰਹ ਤੇ ਲਾਤੀ ਤੇ ਨਾਲ ਇਹਨੇ ਆਪਦੇ ਮੱਲ ਲਈ। ਹਾਂ ਵੇਖੋ ਹੁਣ ਕਹਿੰਦਾ ਫੇ ਪਾ ਚਲਾਤਾ ਵਾ ਇਹ ਤਾਂ ਕੋਈ ਪਤਾ ਨਹੀਂ ਚਲਾਵਾ ਮਾਰੇ ਨਹੀਂ ਬਈ ਇਹਨੇ ਬਾਲਤਾ ਵਾ ਮੰਜੇ ਤੇ। ਹੁਣ ਦੇਖੋ ਇਹਨੇ ਫਿਰ ਸੈੱਲ ਖਿਲਾਰ ਕੇ ਸਿੱਟ ਕੇ ਓਹੋ ਬੂਟਿਆਂ ਦੇ ਗੇਰ ਪਾਈ ਜਾਂਦਾ ਵਾ ਬਸ ਹੁਣ ਨੀ ਹੁਣ ਹੁਣੇ ਛੱਡ ਦੇ ਨੋ ਬਾਕੀ ਵੈਸੇ ਫੁੱਟਣਾ ਤੇ ਇਹਨੇ ਵੈਸੇ ਵੀ ਨਹੀਂ ਆ ਇਹਨੇ ਗੇਅਰ ਬਦਲਤੇ ਆ। ਚਲੋ ਬਈ ਹੁਣ ਅਸੀਂ ਚੱਲੇ ਆ ਪੱਠੇ ਲੈਣ ਟਰੈਕਟਰ ਤੇ ਨਹੀਂ ਚੱਲਣਾ ਅਸੀਂ ਡਰਦਾ ਵਾ ਹਨਾ। ਰੋਟੀ ਵੀ ਆਪਾਂ ਮੋਟਰ ਤੇ ਖਾਧੀ ਆ ਤੇ ਉਹਨਾਂ ਕੋਲੋਂ ਵੇਖ ਅੱਗੋਂ ਦੇਖਦੇ ਆ ਕੀ ਬਣਾਉਣਾ ਕਿਵੇਂ ਆ ਮੂੰਹ ਪੇੜਿਆ ਵਾ ਹੂੰ ਭਰਾਵਾ ਇੰਨਾ ਡਿੱਗ ਜੀ ਪਾ ਉਹ ਕਹਿੰਦਾ ਕਰ ਤਾਂ ਬੰਦ ਕਰ ਕੁੱਤੇ ਨੂੰ ਪਾਉਣਾ ਵਾ ਆ ਡੌਗੀ ਨੂੰ ਦੇ ਦਈਏ ਆਪਾਂ ਆ ਡੌਗੀ ਨੂੰ ਦੇਵਾਂ ਮੈਂ ਉਹਦਾ ਲੈ ਦੇਖੀ ਇਹਦਾ ਰਿਐਕਸ਼ਨ ਤੇ ਹੁਣ ਆ ਫੜ ਲਾ ਮਣਾ ਵੇਖੇ ਬਾਂਦਰ ਐਡਾ ਪਿਆਰਾ ਵਾ ਮੋਸ਼ ਵੇਖੋ ਹੁੰਦਾ ਕਰੀ ਹੋਸ਼ ਉਹਦੇ ਨਾਲ ਐਨਾ ਪਿਆਰਾ ਵਾ ਬਾਂਦਰ ਵੇਖੋ ਬਈ ਹੈ ਲੈ ਸੈਲੀ ਕੱਢ ਲੈ ਲਿਆ ਦੇ ਫੇਰ ਪਾਵਾਂ ਇਹ ਕੀ ਹੋਇਆ ਜੀ ਇੰਨਾ ਖੁਸ਼ ਵਾਲ ਬੰਦ ਹੋ ਇਹਦੇ ਪਹਿਲਾਂ ਲੈ ਵਿਚਾਰਾ ਸੈੱਲ ਨਿਕਲ ਜਾਂਦੇ ਤੋੜਿਆ ਵੀ ਤੂੰ ਹੀ ਆ ਚਲੋ ਜੀ। ਗਾਇਸ ਇਹਨੂੰ ਡਾਇਪਰ ਦੀ ਇੰਨੀ ਆਦਤ ਆ ਵੇਖੋ ਕੀ ਕਰਦਾ ਮੰਮੀ ਆ ਰੱਖ ਆ ਡਾਇਪਰ ਅੰਦਰ ਰੱਖ ਗਿਆ ਅਸੀਂ ਕਹਿੰਦੇ ਉਦਾਂ ਰਹਿ ਇੰਨੀ ਖੁਸ਼ੀ ਮਿਲਦੀ ਡਾਇਪਰ ਪਵਾ ਕੇ ਹੈਂ ਡਾਇਪਰ ਵੀ ਆਪ ਚੱਕ ਕੇ ਲਿਆਉਂਦਾ ਵਾ ਵਾ ਚਲੋ ਚਲੋ ਪਾਈਏ ਚਲੋ 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 ਚਲਾ ਕੇ ਦਵੋ ਹੁਣ ਹਨਾ।
ਚਲਾਉਣਾ ਹੈ ਚਲ ਉਂਗਲ ਫੜ ਕੇ ਪਹਿਲਾਂ ਅੰਦਰ ਜਾਂਦਾ ਚਲ ਆ ਜਾ ਆ ਜਾ ਰੱਜੀ ਸ਼ਹਿਰ ਗਈ ਹੋਈ ਹੈ ਇੱਥੇ ਹਿਆਨ ਸੌ ਗਿਆ ਹੈ ਰੋ ਰੋਇਆ ਰੋਇਆ ਨਹੀਂ ਹੈ ਨਾ ਰਹੀਨ ਦੇਖੇ ਸੁੱਤਾ ਅੱਛਾ ਹਿਆਨ ਲਈ ਪਚਕਾਰੀ ਲਿਆਂਦੀ ਆ ਕੇ ਇਕੱਲਾ ਪਾਣੀ ਯੂਜ਼ ਕਰੂਗਾ ਦੂਸਰਾ ਇਹਨੂੰ ਗਾਇਸ ਲੈਟਰੀ ਨਾ ਬਾਏ ਕਰ ਬਾਏ ਬਾਏ ਕਾਦੀ ਨਹੀਂ ਉਹਦਾ ਧਿਆਨ ਨਹੀਂ ਸਕੂਲ ਇਹਨੂੰ ਲੈਟਰੀ ਨਾ ਲੱਗੀਆਂ ਕੇਲੇ ਖਾਣ ਡਿਆ ਖੁਦ ਲਿਆਉਂਦਾ ਸੈੱਲ ਤੇ ਖੁਦ ਹੀ ਕਹਿੰਦਾ ਪਾਓ ਤੇ ਚਲਾਉਣਾ ਆ ਮੈਂ ਬਾਂਦਰ ਹੈ ਆਵੇ ਚੱਲ ਗਿਆ ਦੇਖ ਹੁਣ ਉਂਗਲਾਂ ਤੁੰਨੂਗਾ ਵਿੱਚ ਦੰਦੀ ਵੜਦਾ ਹੀ ਦੰਦੀ ਵੜਦਾ ਹੀ ਮੂੰਹ ਜੁੰਗਲ ਦੇ ਖੁਸ਼ ਹੁੰਦਾ ਈ ਵੀ ਮੇਰਾ ਬਾਂਦਰ ਦੰਦੀ ਵੀ ਵੜਦਾ ਵਾ ਦੇਖਿਓ ਲੈ ਲੋ ਬਾਹਰ ਖੁਸ਼ੀ ਮਨਾਉਣ ਗਿਆ ਤੇਰਾ ਹੀ ਆ ਬਾਂਦਰ ਤੇਰਾ ਹੀ ਆ ਜੱਫੀ ਪਾਓ ਕਿਸ ਕਰ ਕਿਸੇ ਦੇ ਕਿਸ ਕਰ ਇਹਦੇ ਕਿਸ ਕਰ ਕਿਸ ਕਰ ਇੱਥੇ ਇਹਦੇ ਓ ਇੰਨਾ ਪਸੰਦ ਆ ਦੇਖ ਲਓ ਕਿਸ ਵੀ ਕਰਦਾ ਹੈ ਮਰੋੜਦੇ ਲੱਸੈਲ ਖੇਲ ਗਏ ਸੈੱਲ ਨਿਕਲ ਗਈ ਹਾਂ ਹੁਣ ਪਾਵਾਂ ਪੁੱਠੇ ਕੰਮ ਕਿਉਂ ਕੀਤੇ ਫਿਰ ਆ ਲੈ ਪਾ ਤੇ ਸੈੱਲ ਹੁਣ ਦੇਖੀ ਫਿਰ ਚੱਲਦਾ ਇਹ ਉਹਨੂੰ ਵਧੀਆ ਨੀ ਲੱਗੀ ਵੇਟ ਵੇਟ ਕਰਦੇ ਇਧਰ ਵੇਖੀ ਪੂਰਾ ਪਤਾ ਕਿ ਤਾਂ ਚੱਕ ਕੇ ਪਿਆਉਣਾ ਦੁੱਧ ਬੱਲੇ ਮੈਂ ਦਿਨੇ ਵੀ ਆਪਦੇ ਕੱਪੜੇ ਜੇ ਖਰਾਬ ਕਰ ਲਏ ਸੀ ਤੇ ਇਧਰ ਅੱਜੀ ਦੀ ਪਾਤੀ ਛੋਟੀ ਪੁਰਾਣੀ ਚੱਲ ਵਧੀਆ ਖੁੱਲਾ ਅੱਧਾ ਤੇ ਇਹਨੇ ਬਾਂਦਰ ਏਦਾਂ ਹੀ ਤੋੜਿਆ ਥੱਲਿਓ ਹਨਾ ਪਿਆਰਾ ਵੀ ਇਹਨੂੰ ਬਹੁਤ ਆ ਤੇ ਤੋੜਦਾ ਵੀ ਬੜਾ ਦੋ ਜੀ ਹਿਆਨ ਵੀ ਸਵੇਰੇ ਸਵੇਰੇ ਉੱਠ ਆਇਆ ਬਾਹਰ ਕਿਹੜੀ ਪੂਚੀ ਤੁਸੀਂ ਚੂੜਾ ਤੇ ਕੀ ਬਣਾ ਲਿਆ ਪਾਪਾ ਜਿਹਾ ਹੈਗਾ ਇਹਨੇ ਕਬੱਡੀ ਖੇਡਣੀ ਤੇਰੇ ਮੁੰਡੇ ਨੂੰ ਕਬੱਡੀ ਖੇਡ ਲੂਗਾ ਵਿਚਾਰਾ ਤੈਨੂੰ
ਉਡਾ ਲੈਂਦਾ ਅਗਲਾ। ਇਹਨੇ ਇੱਕ ਵੱਡੀ ਵਾਲੇ ਗਰਾਊਂਡ 'ਚ ਮਿੱਟੀ ਖਾਈ ਜਾਣੀ। ਮਾਮੇ ਤੁਸੀਂ ਵੀ ਜਾ ਕੇ ਦਿਖਾ ਦੇ ਚਾਲ ਜੀ ਭੁੱਖਾ ਕੋਚ ਉਹਦੀ ਜੂੜੀ ਢਿੱਲੀ ਉੱਤੇ ਜੂੜੀ ਤੇ ਕਿਹੜੇ ਬੰਨੇ ਬਾਕੀ ਤੱਕ ਜਾਂਦਾ ਜਾਣਾ ਹੁਣ ਮੋਟਰ ਤੇ ਪੰਗਾ ਇਹ ਪੈ ਗਿਆ ਅਸੀਂ ਕਰੋ ਸਮਾਨ ਲੈਣ ਆਏ ਸੀਗਾ ਹੈਗੇ ਤੇ ਹੁਣ ਪੰਗਾ ਇਹ ਆ ਵੀ ਇਹ ਵੀ ਨਾਲ ਜਾਣਾ ਚਾਹੁੰਦਾ ਵਾ ਤੇ ਚੱਕਰ ਇਹ ਆਪਾਂ ਇਹਨੂੰ ਅਸੀਂ ਲਿਜਾਣਾ ਨੀ ਨਾਲ ਚਲੋ ਚਲ ਬਾਏ ਚਲੋ ਗਾਇਸ ਚੱਲਦੇ ਆ ਚਲੋ ਗਾਇਸ ਕੁਕਰੀ ਦੇ ਅੱਗੇ ਖਿਲਾਰ ਲਿਆ ਦੇਖੋ ਇੱਧਰ ਮਜ਼ੇ ਲੈਣ ਡਿਆ ਹੈ ਐਵੇਂ ਤਾਂ ਇਹਨੇ ਕਦੀ ਮਜ਼ਾ ਨਹੀਂ ਲਿਆ ਹੋਣਾ ਇੱਦਾਂ ਬਾਹਰ ਬੂਹਰ ਤਾਂ ਵਿਚਾਰਾ ਤੜਿਆ ਹੀ ਰਹਿੰਦਾ ਹੋਣਾ ਵਾ ਇੱਦਾਂ ਦਾ ਮਜ਼ਾ ਕਦੀ ਨਹੀਂ ਲਿਆ ਹੋਣਾ ਵੀ ਆਹ ਹਵਾ ਆਵੇ ਇੱਦਾਂ ਸਕੂਟਰੀ ਦੇ ਅੱਗੇ ਖੜਿਆ ਹੋਵੇ ਨਾ ਹਨਾ ਨਹੀਂ ਕਦੀ ਵੀ ਨਹੀਂ ਬਾਈ ਪਾਣੀ ਭਰਨ ਲੱਗਿਆ ਧਿਆਨ ਵਿੱਚ ਹੀ ਆ ਮਜ਼ਾ ਫੁੱਲਾ ਮਜ਼ਾ ਆ ਜਾ ਕੌਣ ਕਹਿੰਦੀ ਕਹਿੰਦਾ ਨੋ ਨਹੀਂ ਨਹੀਂ ਰਹਿਣ ਨਹੀਂ ਨਹੀਂ ਜਾਣਾ ਹੀ ਨਹੀਂ ਆਪਾਂ ਹੈ ਕਾਕਾ ਨਹੀਂ ਜਾਣਾ ਨੀ ਚੱਲ ਚੱਲੀਏ ਆ ਜਾ ਆ ਜਾ ਆ ਜਾ ਆ ਜਾ ਆ ਜਾ ਨਹੀਂ ਨਹੀਂ ਏਦਾਂ ਏਦਾਂ ਨਾ ਨਹੀਂ ਏਦਾਂ ਨੀ ਏਦਾਂ ਨੀ ਦੁਬਾਰਾ ਦੂਰੋਂ ਕਹਿ ਦੂਰੋਂ ਤੇਰੀ ਨੋ ਸੁਣਨੀ ਅਸੀਂ ਸੋਹਣੀ ਜੀ ਨੋ ਚੱਲ ਚੱਲੀਏ ਚੱਲ ਨਹੀਂ ਭਾਈ ਬੀਬੀ ਇਹ ਚੱਲੇ ਇਹਨਾਂ ਦੇ ਦਿਨ ਹੋ ਗਏ ਖਤਮ ਬਸ 2 ਮਹੀਨੇ 6 ਦਿਨ ਰਹਿ ਪੂਰੇ ਇਹ ਅੱਛਾ ਫਿਰ ਆ ਜਾਣਗੇ ਹਾਂ ਫਿਰ ਚਲੇ ਪਤਾ ਨੀ ਕਦੋਂ ਆਉਣਾ ਵਾ ਬਾਕੀ ਇਹਨੇ ਹਿਆਨ ਨੇ ਤਾਂ ਆਪਦੇ ਜੋਨਾ ਵੀ ਖੁੱਲ ਕੇ ਰਿਹਾ ਏ ਇੱਥੇ ਉਹ ਤੇ ਭਾਵਾਂ ਕਹਿੰਦੇ ਕਮਰੇ ਚ ਰਹੂਗਾ ਇੱਥੇ ਖੁੱਲ ਕੇ ਰਿਹਾ ਜਿੱਧਰ ਮਰਜ਼ੀ ਤੁਰਿਆ ਫਿਰੇ ਇੱਦਾਂ ਸੀਗਾ ਇੱਥੇ ਮੋਟਰ ਤੇ ਚੱਲ ਜਾਂਦਾ ਸੀ ਘਰੇ ਆ ਜਾਂਦਾ ਸੀਗਾ ਘੁੰਮਣ ਫਿਰ ਚੱਲ ਜਾਈਦਾ ਸੀਗਾ ਫਨ ਆਈਲੈਂਡ ਵੀ ਗਏ ਅਸੀਂ ਬੜੇ ਮਜ਼ੇ ਲਏ ਤੇ ਬਸ ਬਸ ਘਿਓ ਨੀ ਖਾਣਾ ਚਾਹ ਕਰੂਗਾ ਚਾਹ 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 ਹੁਣ ਕਰੂਗਾ
ਇਹ ਪਹਿਲਾਂ ਹੀ ਗੱਡੀ ਚ ਬਹਿ ਗਿਆ, ਇਹਨੂੰ ਆ ਵੀ ਮੈਨੂੰ ਕਿਤੇ ਛੱਡ ਨਾ ਜਾਣ, ਸ਼ਹਿਰ ਨੀ ਚੱਲੇ ਇਹਨੂੰ ਕੋਈ। ਸਾਰੇ ਹੋਣ ਕਰਦੇ ਪਹਿਲਾਂ ਹਾਈ ਚੱਲਿਆ ਚੱਲਿਆ ਕਿਆ ਵਾ ਵੇਖੀ, ਇਹ ਸੋਚਦਾ ਪਿਆ ਸ਼ਾਇਦ ਸ਼ਹਿਰ ਜਾਣਾ। ਇਹਦੇ ਲਈ ਤੇ ਚੱਲਿਆ ਕਹਿੰਦਾ ਵੀ ਸ਼ਹਿਰ ਕਿਤੇ ਛੱਡ ਨਾ ਜਾਣ, ਜਿਵੇਂ ਅੱਗੇ ਨੀ ਹੁੰਦਾ ਹੁੰਦਾ। ਮੈਂ ਕਿਹਾ ਜਾਣਾ ਤਾਂ ਹੈਗਾ ਯਾਰ, ਹੁਣ ਇਹ ਥੋੜੀ ਸ਼ਹਿਰ ਚੱਲੇ ਕਹਿੰਦਾ ਵਾ ਮੈਨੂੰ ਛੱਡ ਨਾ ਜਾਣ ਕਿਤੇ। ਦੇ 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 ਬਾਏ, ਇਹਨੂੰ ਨੀ ਨਾ ਪਤਾ ਸ਼ਹਿਰ ਨੀ ਚੱਲਿਆ, ਫੇਰ ਆਊਂਗਾ ਮੈਂ ਵੱਡਾ ਹੋ ਕੇ, ਬਾਅਦ ਚ ਯਾਦ ਆਊਗਾ। ਚੰਗਾ ਬਾਈ, ਓਕੇ ਆਜੋ।